रहीम की मोहम्मद से वफा तूने तो हम तेरे हैं, ये जहां चीज है क्या सब लोहो कलम तेरे हैं। अस्सलाम वालेकुम दोस्तों, उम्मीद कर लग मेरे दोस्त वीर, मेरे सब्सक्राइबर और मेरे पाकिस्तान एनिमल टीवी नाल मेरे जिन्ने भी उम्मीद करा दा वीर भरा प्यार कर देने, जिथे भी वस रहा होवंदे खुश वस रहा होवंदे, अल्लाह दे डेर इनमातो करम मेरे वीरां भरावां ते जनाब नाजल हो रहा होवंदे। जिहड़ा नूं हमेशा तरह मेरे वीर भरा जानदे ने कि पाकिस्तान एनिमल टीवी दा मकसद डेली बेस ते ਘਰੇਲੂ ਗਾਵਾਂ ਦੀਆਂ ਵੀਡੀਓ ਲੈ ਕੇ ਹਾਜ਼ਰ ਹੋਣਾ। ਜਨਾਬ 23 ਤਰੀਕ ਨੂੰ ਬਾਬੇ ਖਾਨ ਦੀ ਗਾਏ ਮੇਰੇ ਚੈਨਲ ਜ਼ੀਨਤ ਬਣੀ ਸੀ, ਅੱਜ ਫਿਰ ਇਹਨਾਂ ਕੋਲ ਇੱਕ ਗਾਏ ਖੜੀ ਹੈ ਚੋਲਸਤਾਨੀ ਫਰੀਜ਼ਨ ਕ੍ਰਾਸ ਜਾਂ ਰੈੱਡ ਫਰੀਜ਼ਨ ਕ੍ਰਾਸ ਦੇ ਵਿੱਚ। ਦੂਜਨ ਵੈਡ ਮਾਸ਼ਾਲਾ ਦੂਸਰਾ ਵਾਰ ਡਿਲੀਵਰ ਕਰਨ ਦੇ ਵਿੱਚ ਤਕਰੀਬਨ 7 ਤੋਂ 8 ਦਿਨ ਲੈ ਜਾਂਦੀ, ਹਲੇ ਮੂੰਹ 'ਚ ਛਰਤੀਆਂ ਜਵਾਨ ਨੇ। ਜਨਾਬੇ ਵਾਲੀ ਗਾਏ ਕਿਹੜੀ ਮੈਂ ਅੱਜ ਮੇਰੇ ਵੀਰਾਂ ਭਰਾਵਾਂ ਨੂੰ ਚਾਚੇ ਖਾਨ ਦੀ ਦਿਖਾਣੀ ਹੈ। ਅੱਲਾ ਦੇ ਹੁਕਮ ਨਾਲ 23 ਤਰੀਕ ਦੀ ਜ਼ੀਨਤ ਬਣੀ ਸੀ, ਬੜੀ ਖੂਬਸੂਰਤ ਸਾਹਿਬ ਵਾਲ ਕ੍ਰਾਸ ਗਾਏ, ਬੜੇ ਹੀ ਵੀਰਾਂ ਭਰਾਵਾਂ ਨੇ ਰਾਬਤਾ ਕੀਤਾ, ਬੜੇ ਹੀ ਦੋਸਤਾਂ ਨੇ ਕਿਹਾ ਕਿ ਗਾਏ ਵਾਕਈ ਕਮਾਲ ਦੀ ਸੀ। ਜਨਾਬ ਅੱਜ ਫਿਰ ਬਾਬੇ ਖਾਨ ਕੋਲ ਆਏ ਹਾਂ, ਉਸ ਤੋਂ ਅੱਛੀ ਗਾਏ ਉਹ ਸੂਈ ਹੋਈ ਸੀ, ਇਹਨੇ ਦੂਸਰਾ ਵਾਰਾ ਡਿਲੀਵਰ ਕਰਨਾ, ਗਰੰਟੀਆਂ ਵਾਲਾ ਕ੍ਰਾਸ ਜਾਨਵਰ ਲੈ ਕੇ ਹਾਜ਼ਰ ਹੋਏ ਹਾਂ ਅੱਲਾ ਦੇ ਹੁਕਮ ਨਾਲ। ਹਮੇਸ਼ਾ ਤਰ੍ਹਾਂ ਅੱਜ ਦੀ ਕਿਹੜੀ ਵੀਡੀਓ ਜਾਨਵਰ ਦੀ ਬਣਨ ਲੱਗੀ ਹੈ, ਅੱਲਾ ਦੇ ਹੁਕਮ ਨਾਲ ਜਾਨਵਰ ਵੀ ਪਸੰਦ ਆਵੇਗਾ, ਮੁੱਲ ਵੀ ਪਸੰਦ ਆਵੇਗਾ। ਅਤੇ ਬਾਬੇ ਖਾਨ ਨੇ ਜੋ ਗਾਏ ਅੱਜ ਲਿਆਂਦੀ ਹੈ, ਜੋ ਗਾਏ ਅੱਜ ਮੇਰੇ ਚੈਨਲ ਜ਼ੀਨਤ ਬਣਾਉਣ ਲੱਗੇ ਨੇ, ਦੋਸਤੋ ਗਾਏ ਇੰਨੀ ਖੂਬਸੂਰਤ ਹੈ ਕਿ ਤੁਸੀਂ ਦੇਖੋਂਦੇ, ਤੁਸੀਂ ਪ੍ਰਿੰਟ ਦੇਖੋਂਦੇ, ਕੱਦ ਕਾਟ ਦੇਖੋਂਦੇ, ਅਤੇ ਕਹੋਂਦੇ ਕਿ ਅਬਦੁਲ ਰਹੀਮ ਬਾਈ ਮਾਸ਼ਾਅੱਲਾ ਕਮਾਲ ਹੋ ਗਿਆ, ਦੂਸਰਾ ਵਾਰ ਡਿਲੀਵਰ ਕਰਨਾ, ਗਰੰਟੀ ਖੁਰ ਤੋਂ ਲੈ ਕੇ ਕੰਢ ਤੱਕ ਦੋਸਤੋ ਗਰੰਟੀ ਹੋਣੀ, ਤੁਹਾਡੇ ਘਰ ਜਾ ਕੇ 1% ਵੀ ਐਬ ਹੋਇਆ ਮੈਂ ਵੀ ਜ਼ਿੰਮੇਦਾਰ ਹੋਵਾਂਗਾ, ਬਾਬਾ ਖਾਨ ਵੀ ਤੁਹਾਡਾ ਜ਼ਿੰਮੇਦਾਰ ਹੋਵੇਗਾ। ਜਨਾਬਿਆਂ ਲਈ ਜ਼ਿਆਦਾ ਟਾਈਮ ਨਹੀਂ ਲਾਉਂਦੇ, ਵੀਰਾਂ ਭਰਾਵਾਂ ਨੂੰ ਗਾਏ ਦਿਖਾਵਾਂਦੇ ਔਰ ਨਾਲ ਨਾਲ ਆਪਣੇ ਸਤਿਕਾਰ ਭਰਾਂ ਦੇ ਗੱਲਾਂ ਸ਼ੇਅਰ ਕਰਾਂਗੇ ਭਾਈ ਨਾਲ ਗਾਏ ਬਾਰੇ। ਇਹ ਗਾਏ ਮਾਸ਼ਾਅੱਲਾ ਵੀਰਾਂ ਭਰਾਵਾਂ ਦੇ ਸਾਹਮਣੇ ਆ ਗਈ, ਮਾਸ਼ਾਅੱਲਾ ਦੇ ਵੀਰਾਂ ਭਰਾਵਾਂ ਨੇ ਕਮੈਂਟ ਕਰਨੇ ਨੇ ਕਿ ਗਾਏ ਕੋਲ ਕਿਹੜਾ ਪ੍ਰਿੰਟ ਹੈ। ਮੈਂ ਕਹਿੰਦਾ ਕਿ ਲੱਖਾਂ ਦੇ ਵਿੱਚੋਂ ਗਾਵਾਂ ਨੂੰ ਪ੍ਰਿੰਟ ਨਹੀਂ ਹੁੰਦਾ, ਕਿਹੜਾ ਗਾਏ ਕੋਲ ਪ੍ਰਿੰਟ ਹੈ ਮਾਸ਼ਾਅੱਲਾ। ਰੈੱਡ ਅਤੇ ਬਲੈਕ ਬਰਾਊਨ ਅਤੇ ਵਾਈਟ ਵੱਡੇ ਡੱਬ ਦੇ ਵਿੱਚ ਹਜ਼ਾਰਾਂ ਦਾ ਲੱਖਾਂ ਦਾ ਗਾਏ ਕੋਲ ਪ੍ਰਿੰਟ ਹੈ ਮਾਸ਼ਾਅੱਲਾ। ਕਿਹੜੀ ਨਸਲ ਜ਼ਾਤ ਹੈ, ਜਰਸੀ ਫਰੀਜ਼ੀਅਨ ਕ੍ਰਾਸ ਡੇਰੀ ਫਾਰਮਰ ਕਰਾ ਆਲੀਆਂ ਗਾਵਾਂ ਨੂੰ ਅੱਲਾ ਦੇ ਹੁਕਮ ਨਾਲ ਅੱਜ ਦੀ ਗਾਏ ਚਾਚੇ ਖਾਨ ਦੀ ਬਾਬੇ ਖਾਨ ਦੀ ਗਾਏ ਪਰੇ ਕਰੇ ਦੀ ਗਾਏ ਕੋਲ ਪ੍ਰਿੰਟ ਕਿਹੜਾ ਮੇਰੇ ਵੀਰਾਂ ਭਰਾਵਾਂ ਨੇ ਦੇਖਣਾ, ਅਤੇ ਇਨਸ਼ਾਅੱਲਾ ਮੇਰੇ ਵੀਰ ਭਰਾ ਕਹਿਣਦੇ ਕਿ ਅਬਦੁਲ ਰਹੀਮ ਬਾਈ ਵਾਕਈ ਤੁਹਾਡਾ ਅੱਜ ਦਾ ਜਾਨਵਰ ਲਗਾਇਆ ਗਿਆ, ਬੜਾ ਹੀ ਸ਼ਾਨਦਾਰ ਹੈ, ਬੜਾ ਹੀ ਬਿਹਤਰੀਨ ਹੈ। ਦੋਸਤੋ ਗਾਏ ਕੋਲ ਪ੍ਰਿੰਟ ਤੋਂ ਬਾਅਦ ਗਾਏ ਦਾ ਕੱਦ ਵੇਖਣਾ, ਗਾਏ ਕੋਲ ਕੱਦ ਬੜਾ ਹੀ ਵੱਡਾ ਹੈ ਮਾਸ਼ਾਅੱਲਾ। ਕੱਦ ਤੋਂ ਬਾਅਦ ਗਾਏ ਦੀ ਲੰਬਾਈ ਕਿਹੜੀ ਹੈ, ਚੰਗੀ ਗਾਏ ਕੋਲ ਲੰਬਾਈ ਹੈ, ਚੰਗੀਆਂ ਵੱਡੀ ਹੈਵੀ ਸੈਂਟਰ ਦੇ ਗਾਵਾਂ ਕੋਲ ਕਿਵੇਂ ਲੰਬਾਈ ਹੁੰਦੀ, ਉਸ ਤਰ੍ਹਾਂ ਹੀ ਗਾਏ ਕੋਲ ਲੰਬਾਈ, ਪ੍ਰਿੰਟ, ਕੱਦ ਕਾਠ ਅਤੇ ਖੁਰ ਦੇਖਣੇ ਨੇ ਮਾਸ਼ਾਅੱਲਾ। ਗੋਲ ਖੁਰ ਨੇ ਮੱਝ ਤਰ੍ਹਾਂ, ਚੰਗੀ ਮੋਟੀ ਮੱਝ ਤਰ੍ਹਾਂ ਗਾਏ ਕੋਲ ਲੱਤਾਂ ਨੇ ਮਾਸ਼ਾਅੱਲਾ ਮੋਟੀਆਂ, ਚੰਗਾ ਮੋਟਾ ਵਜੂਦ ਅਤੇ ਚੰਗੀ ਮੋਟੀ ਨੀਲੀ ਦੀ ਮੱਝ ਲੈ ਲਈ ਹੋਵੇ ਅੱਲਾ ਦੇ ਹੁਕਮ ਨਾਲ, ਉਸ ਤੋਂ 10 ਗੁਣਾ ਜ਼ਿਆਦਾ ਚੰਗੀ ਗਾਂ ਹੈ ਮਾਸ਼ਾਅੱਲਾ। ਚੰਗਾ ਵਜ਼ਨ, ਚੰਗਾ ਲੋਡ, ਚੰਗਾ ਵੇਟ, ਅਤੇ ਗੱਲ ਕਿੰਨੀ ਵੀ ਕਰੀਏ ਗਾਏ ਦੇ ਮੁਤਾਲਕ ਓਨੀ ਥੋੜ੍ਹੀ ਮਾਸ਼ਾਅੱਲਾ। ਸਾਰਾ ਕੁਛ ਮੇਰੇ ਵੀਰਾਂ ਭਰਾਵਾਂ ਨੇ ਦੇਖਣਾ, ਫੇਸ ਕੁਆਲਿਟੀ ਦੀ ਗੱਲ ਕਰੀਏ ਅਤੇ ਗਾਏ ਕੋਲ ਰੈੱਡ ਫਰੀਜ਼ੀਅਨ ਕ੍ਰਾਸ ਗਾਏ ਕੋਲ ਕਿਹੜੀ ਫੇਸ ਕੁਆਲਿਟੀ ਹੈ, ਦੋਸਤੋ ਫੇਸ ਕੁਆਲਿਟੀ ਨਜ਼ਰ ਮਾਰਨੀ, ਤਸੱਲੀ ਕਰਨੀ ਗਾਏ ਦੀ ਫੇਸ ਕੁਆਲਿਟੀ ਦੀ, ਗਾਏ ਕੋਲ ਫੇਸ ਕੁਆਲਿਟੀ ਬੜੀ ਸ਼ਾਨਦਾਰ, ਬੜੀ ਕਮਾਲ, ਛੋਟਾ ਛੋਟਾ ਸਿੰਘ ਬਿਲਕੁਲ ਛੋਟਾ ਛੋਟਾ ਜੋ ਗਾਏ ਦੀ ਖੂਬਸੂਰਤੀ ਨੂੰ ਵਧਾਉਂਦਾ ਪਿਆ, ਗਾਏ ਦੀ ਨਸਲ ਜ਼ਾਤ ਨੂੰ ਵਧਾਉਂਦਾ ਪਿਆ। ਭਾਈ ਜਾਨ ਦੂਸਰੀ ਸਾਈਡ ਕਰਿਆ ਜੀ, ਘੁਮਾ ਕੇ ਦੂਸਰੀ ਸਾਈਡ ਕਰਿਆ ਜੀ।
ਦੋਸਤੋ ਗਾਏ ਦੇਖਣੀ ਹੈ, ਦਿਲ ਖੁਸ਼ ਹੋ ਜਾਂਦਾ ਗਾਏ ਦਾ ਪ੍ਰਿੰਟ ਵੇਖ ਕੇ। ਇਹ ਦੂਸਰੀ ਸਾਈਡ ਤੋਂ ਰਾਈਟ ਸਾਈਡ ਤੋਂ ਪ੍ਰਿੰਟ ਵੇਖੀਏ ਤਾਂ ਅੱਲਾ ਹੁਕਮ ਨਾਲ ਖੱਬੀ ਸਾਈਡ ਨਾਲੋਂ ਵੀ ਪ੍ਰਿੰਟ ਜ਼ਿਆਦਾ ਅੱਛਾ, ਵੱਡੇ ਡੱਬ ਦੇ ਵਿੱਚ ਵੱਡੇ ਪ੍ਰਿੰਟ ਦੇ ਵਿੱਚ ਕਰਾਸ ਗਾਏ ਨਸਲ ਜ਼ਾਤ ਆਲਾ ਤੁਆਲਾ ਮਾਸ਼ਾਅੱਲਾ। ਤਸੱਲੀ ਦੋਨੇ ਸਾਈਡ ਤੋਂ ਪ੍ਰਿੰਟ ਦੀ ਕਰਨੀ ਦੋਸਤੋ, ਕਿਹੜੇ ਏਰੀਏ ਦੇ ਵਿੱਚ ਜਾਨਵਰ ਜਿਹਾ ਤਾਂ ਜੋ ਜਾਨਵਰ ਲਗਾਉਣਾ ਪਿਆ, ਜਿੰਨੀ ਵੀ ਤਾਰੀਫ ਕਰ ਲਈਏ ਗੱਲ ਕਰ ਲਈਏ ਗਾਏ ਦੀ, ਮੈਂ ਕਹਿੰਦਾ ਗਾਏ ਉਸ ਤੋਂ ਵੀ 10 ਗੁਣਾ ਚੰਗੀ ਗਾਏ। ਹਮੇਸ਼ਾ ਤਰ੍ਹਾਂ ਜਾਨਵਰ ਗਰੰਟੀਆਂ ਵਾਲਾ ਦੂਸਰਾ ਵਾਰਾ ਡਿਲੀਵਰ ਕਰਨਾ ਦੋਸਤੋ, ਅਸੀਲ ਸ਼ਰਾਫ ਨਾਲੇ, ਤੇ ਅਸੀਲ ਤਾਂ ਸ਼ਰਾਫ ਤਾਂ ਨਸਲ ਜ਼ਾਤ ਵੱਲੋਂ ਆਉਂਦੀਆਂ ਨੇ। 8 ਤੋਂ 9 ਦਿਨ ਲੈਂਦੀ ਹੈ ਦੋਸਤੋ, 8 ਤੋਂ 9 ਦਿਨ ਲੈਂਦੀ, ਤੇ ਬੰਦੇ ਜਿੰਨਾ ਗਾਏ ਕੋਲ ਕੱਦ, ਇਹ ਅਸੀਲ ਦੇਖਣੀ ਮਾਸ਼ਾਅੱਲਾ। ਮੈਂ ਕਹਿੰਦਾ ਕਿ ਬੱਚੇ ਚੋ ਲੈਣ, ਬੀਵੀਆਂ ਚੋ ਲੈਣ, ਬੁੜੇ ਚੋ ਲੈਣ, ਮੈਂ ਕਹਿੰਦਾ ਜਵਾਨ ਚੋ ਲੈਣ, ਗਾਏ ਕੋਲ ਕਿਹੜੀਆਂ ਪ੍ਰਿੰਟ, ਗਾਏ ਕੋਲ ਕਿਹੜੀਆਂ ਅਸੀਲਤਾਂ ਸ਼ਰਾਫਤਾਂ ਦੋਸਤੋ, ਮੈਂ ਕਹਿੰਦਾ ਕਿ ਗਾਏ ਕੋਲ ਕਿਹੜੀ ਵਧਰਾਂ ਨੇ, ਇਹ ਵਟਸ਼ਰਟ ਦੇਖਣੇ ਨੇ, ਇਹ ਪੂਰੇ ਵਟਸ਼ਰਟ, ਇਹ ਪੂਰੀਆਂ ਵਧਰਾਂ ਗਾਏ ਨੇ ਭਰਨੀਆਂ ਨੇ। ਬਾਬੇ ਖਾਨ ਦੀ ਜ਼ੁਬਾਨੀ, ਉਹਨੇ ਗਰੰਟੀ ਦਿੱਤੀ ਕਿ ਗਾਏ ਤੁਰੰਤ ਤੋਂ ਆਵਾਜ਼ਾਰ ਹੋ ਜਾਂਦੀ ਹੈ। ਥੋੜ੍ਹਾ ਅੱਗੇ ਕਰਿਆ, ਇੱਥੇ ਘਲਵਾਲ ਘਲਵਾਲ, ਇੱਥੇ ਗਾਏ ਤੁਰੰਤ ਤੋਂ ਆਵਾਜ਼ਾਰ ਹੋ ਜਾਂਦੀ, ਗਾਏ ਕੋਲ ਤੁਰਿਆ ਨਹੀਂ ਜਾਂਦਾ, ਕਿਤੋਂ ਗਾਏ ਵੱਕਦੀ ਹੈ, ਗਾਏ ਕੋਲ ਵੱਕ ਕੇ ਨਾ ਅੱਲਾ ਦੇ ਹੁਕਮ ਨਾਲ ਕਿਵੇਂ ਗਾਏ ਕੋਲ ਆਰਡਰ ਕੁਆਲਿਟੀ ਬੰਨੀ, ਕਿਵੇਂ ਵੱਟ ਨੇ, ਕਿਵੇਂ ਵਧਰਾਂ ਨੇ, ਇਹ 20 ਤੋਂ ਵੀ ਕਈ ਗੁਣਾ ਜ਼ਿਆਦਾ ਕ੍ਰਾਸ ਕਰ ਜਾਂਦੀ ਇਨਸ਼ਾਅੱਲਾ ਦੁੱਧ ਮਾਸ਼ਾਅੱਲਾ। ਇਹ ਸੀਲ ਤਾਂ ਸ਼ਰਾਫ ਤਾਂ ਦੇਖਣੀਆਂ ਦੋਸਤੋ, ਮੈਂ ਕਹਿੰਦਾ ਕਿ ਡੇਢ ਦੋ ਦੋ ਫੁੱਟ ਬਾਹਰ ਪੱਟਾ ਚੋਂ ਬਾਹਰ ਕੱਢੇ ਦੀ ਆਰਡਰ ਕੁਆਲਿਟੀ ਮਾਸ਼ਾਅੱਲਾ, ਗਾਏ ਹਾਲੇ ਗਾਏ ਨੂੰ ਕੋਈ ਪਰਵਾਹ ਨਹੀਂ, ਤਕਰੀਬਨ ਮੇਰੇ ਖਿਆਲ ਦੇ ਮੁਤਾਬਕ ਗਾਏ 10 ਤੋਂ 12 ਦਿਨ ਲੈਂਦੀ ਹਲੇ ਸੂਮਨ ਦੇ ਵਿੱਚ। ਇਹ ਪਿਛਲੇ ਵਟਸ਼ਰਟ ਵਧਰਾਂ ਭਰਨੀਆਂ ਨੇ ਭਾਈ ਜਾਨ, ਸਿੱਧਾ ਟਰਾਹ ਕਰਾਇਆ ਜੀ। ਇਹ ਆਰਡਰ ਕੁਆਲਿਟੀ ਦੇਖਣੀ ਮਾਸ਼ਾਅੱਲਾ ਕਿੰਨੀ, ਹਲੇ ਕੁਛ ਨਹੀਂ ਦੋਸਤੋ ਹੈਗੀ, ਪੰਡਾਂ ਦਾ ਤੇ ਥੱਬਿਆਂ ਦਾ ਲਿਬਾਸ ਬਣਾ ਲੈਂਦੀ, ਬਾਬੇ ਖਾਨ ਕਹਿੰਦਾ ਪੰਡਾਂ ਦਾ ਥੱਬਿਆਂ ਦਾ ਲਿਬਾਸ ਬਣਾ ਮਾਸ਼ਾਅੱਲਾ। ਬੜਾ ਹੀ ਸੋਹਣਾ ਪ੍ਰਿੰਟ ਗਾਏ ਕੋਲੇ, ਬੜਾ ਹੀ ਸ਼ਾਨਦਾਰ ਤੇ ਚੰਗਾ ਪਾਵਰ ਵਾਲਾ ਥਾਂ ਨੇ ਮਾਸ਼ਾਅੱਲਾ, ਚੰਗੀ ਵਰਲਾ ਵੰਡਾ ਵਿਰਲਾਂ ਦੇ ਵਿੱਚ ਤੇ ਚੰਗੀ ਆਰਡਰ ਕੁਆਲਿਟੀ ਮਾਸ਼ਾਅੱਲਾ ਗਾਏ ਕੋਲੇ। ਇਹ ਵੀਰਾਂ ਭਰਾਵਾਂ ਨੇ ਦੇਖਣੇ, ਇੰਜ ਕਮਾਲ। ਇੱਕ ਦਫਾ ਹੋਰ ਟਰਾਹ ਕਰਾਓ ਭਾਈ ਜਾਨ, ਟਰਾਹ ਦਿਖਾਓ ਵੀਰਾਂ ਭਰਾਵਾਂ ਨੂੰ, ਤਸੱਲੀ ਕਰਾਓ ਮਾਸ਼ਾਅੱਲਾ। ਇਹਨੂੰ ਸਿੱਧਾ ਲਈ ਜਾਣ, ਇਹ ਟਰਾਹ ਫੜਾ ਇੱਕ ਦਫਾ ਹੋਰ ਮੇਰੇ ਵੀਰਾਂ ਭਰਾਵਾਂ ਨੂੰ ਦੇਖਣਾ ਮਾਸ਼ਾਅੱਲਾ। ਲਿਆਓ ਬੈਗ ਦੋਸਤੋ, ਗਾਏ ਢੇਰ ਨਾਯਾਬ ਏ, ਢੇਰ ਚੰਗੀ ਏ, ਨਸਲ ਜ਼ਾਤ ਗਾਏ ਕੋਲ ਚੰਗੀ ਏ, ਸਰਦੀ ਗਰਮੀ ਦੀ ਸ਼ਹਜ਼ਾਦੀ, ਤੇ ਗਰੰਟੀਆਂ ਵਾਲੀ ਗਾਏ, ਗਰੰਟੀਆਂ ਵਾਲੀ ਭਾਈ ਜਾਨ ਬੰਨ ਦਿਓ, ਤੇ ਇਨਸ਼ਾਅੱਲਾ ਜਿਹੜੇ ਦਿਨ ਗਾਏ ਨੇ ਵੱਕਣਾ, ਗਾਏ ਨੇ ਤਿਆਰ ਹੋਣਾ, ਅੱਲਾ ਦੇ ਹੁਕਮ ਨਾਲ ਗਾਏ ਤੁਰੰਤ ਤੋਂ ਵੀ ਆਵਾਜ਼ਾਰ ਹੋਵੇਗੀ, ਇਹ ਦੇਖਣੀ ਨੇ ਮਾਸ਼ਾਅੱਲਾ। ਗਰੰਟੀ ਇਨਸ਼ਾਅੱਲਾ ਇੱਕ ਇੱਕ ਵਾਲ ਦੀ ਗਰੰਟੀ ਦਿਆਂਗੇ, ਇੱਕ ਇੱਕ ਚੀਜ਼ ਦੀ ਗਰੰਟੀ ਦਿਆਂਗੇ, ਅਸੀਲ ਸ਼ਰਾਫ ਮਾਸ਼ਾਅੱਲਾ। ਇਹ ਮੇਰੇ ਵੀਰਾਂ ਭਰਾਵਾਂ ਨੂੰ ਤਸੱਲੀ ਕਰਨੀ, ਬੜਾ ਹੀ ਨਾਯਾਬ ਪ੍ਰਿੰਟ, ਹੁਣ ਕਰਨੇ ਆ ਬਾਬੇ ਖਾਨ ਨਾਲ ਰੇਟ ਸ਼ੀਟ ਦੇ ਗੱਲਾਂ ਕਿ ਗਾਏ ਕਿਹੜੀ ਉਹਨੇ ਚੈਨਲ ਦੀ ਜ਼ੀਨਤ ਬਣਾਈ ਹੈ, ਉਹ ਗਾਏ ਵਾਕਈ ਤਾਰੀਫ ਦੇ ਗੱਲਾਂ ਦੇ ਕਾਬਲ ਹੈ ਕਿ ਨਹੀਂ ਹੈਗੀ। ਚਾਚੇ ਖਾਨ ਨਾਲ ਸਾਰੀਆਂ ਗੱਲਾਂ ਕਰਕੇ ਵੀਰਾਂ ਭਰਾਵਾਂ ਦੇ ਕਰਾਉਂਦੇ ਹਾਂ, ਤਸੱਲੀਆਂ ਬਕਾਇਆ ਗਾਏ ਦਾ ਪ੍ਰਿੰਟ ਵੇਖੀਏ ਅਤੇ ਦਿਲ ਖੁਸ਼ ਹੋ ਜਾਂਦਾ, ਦਿਲ ਕਰਦਾ ਕਿ ਵੀਡੀਓ ਬਣਾਈ ਜਾਈਏ। ਇਹਨਾਂ ਗਾਏ ਕੋਲ ਨਾਯਾਬ ਪ੍ਰਿੰਟ, ਇੰਨਾ ਅੱਛਾ ਪ੍ਰਿੰਟ, ਅਤੇ ਅੱਲਾ ਦੇ ਹੁਕਮ ਨਾਲ ਕਿਵੇਂ ਇਹਨੇ ਵੱਕਣਾ, ਇਹ 20 ਲੀਟਰ ਤੋਂ ਪਲੱਸ ਕਰ ਜਾਇਆ ਦੀ ਇਨਸ਼ਾਅੱਲਾ ਆਰਾਮ ਨਾਲ, ਅਤੇ ਗਰੰਟੀ ਇਨਸ਼ਾਅੱਲਾ ਵੀਰਾਂ ਭਰਾਵਾਂ ਦੇ ਘਰ ਜਾ ਕੇ ਵੀ ਮਸਲਾ ਬਣਿਆ, ਐਪ ਬਣਿਆ, ਅੱਲਾ ਦੇ ਹੁਕਮ ਨਾਲ, ਅੱਲਾ ਦੇ ਫਜ਼ਲੋ ਕਰਮ ਨਾਲ ਵੀਰਾਂ ਭਰਾਵਾਂ ਨੂੰ ਇਨਸ਼ਾਅੱਲਾ ਗਰੰਟੀਆਂ ਲੈ ਕੇ ਦਿਆਂਗੇ। ਬੈਕ ਸਾਈਡ ਤੋਂ ਵਿਊ ਦੇਖਣਾ, ਉਸ ਤੋਂ ਬਾਅਦ ਕਰਨੇ ਆ ਬਾਬੇ ਖਾਨ ਨਾਲ ਰੇਟ ਸ਼ੀਟ ਦੇ ਗੱਲਾਂ ਕਿ ਕੀ ਰੇਟ ਕਰਦਾ, ਕੀ ਇਸ ਰੈੱਡ ਫਰੀਜ਼ੀਅਨ ਕਰਾਸ ਗਾਏ ਦੀ ਜਨਾਬੇ ਲਈ ਕਰਦਾ ਡਿਮਾਂਡ। ਬਾਬਾ ਖਾਨ ਮਾਸ਼ਾਅੱਲਾ ਜਾਨਵਰ ਆਪਣਾ ਦਿਖਾਇਆ, ਪਹਿਲੇ ਵੀ ਹਫ਼ਤਾ ਪਹਿਲਾਂ ਜ਼ੀਨਤ ਬਣਿਆ ਸੀ ਤੁਹਾਡੀ ਸਾਹੀਵਾਲ ਕਰਾਸ ਗਾਏ,
ਬੜੇ ਦੋਸਤਾਂ ਨੇ ਡਿਮਾਂਡ ਕੀਤੀ ਕਿ ਅਬਦੁਰੀਮ ਬਾਈ ਉਹ ਜੀ ਗਾਏ ਸਾਨੂੰ ਲੱਭ ਕੇ ਦਿਓ। ਬੜੀ ਵੀਰਾਂ ਭਰਾਵਾਂ ਨੇ ਸਰਾਇਆ, ਬੜਾ ਲੋਕਾਂ ਨੇ ਵੇਖਿਆ, ਲਾਈਕ ਕੀਤਾ, ਸਬਸਕ੍ਰਾਈਬ ਕੀਤਾ ਅਤੇ ਲੋਕਾਂ ਨੇ ਢੇਰ ਡਿਮਾਂਡਾਂ ਕੀਤੀਆਂ। ਅੱਛਾ ਅੱਜ ਵੀ ਅੱਜ ਦੀ ਡੇਟ ਦੇ ਵਿੱਚ ਥੋੜ੍ਹਾ ਜਾਨਵਰ ਮੈਂ ਆਪਣੇ ਚੈਨਲ ਦੇ ਜ਼ੀਰਤ ਬਣਾਇਆ, ਆਪਣੀ ਜਗ੍ਹਾ ਤੋਂ ਕਦਮ ਲਾ ਜਾਵੇ ਜਨਾਬ ਅਲੀ, ਜ਼ਿੰਮੇਦਾਰ ਹੋਵਾਂ ਦੇ, ਜੁਰਮਦਾਰ ਹੋਵਾਂ ਦੇ। ਅੱਛਾ ਬਾਬਾ ਜੀ ਮਾਸ਼ਾਅੱਲਾ ਗਾਏ ਆਪਣੀ ਢੇਰ ਚੰਗੀ ਨਸਲ ਜ਼ਾਤ ਵੱਲੋਂ ਬੜੀ ਆਲਾ ਹੈ ਮਾਸ਼ਾਅੱਲਾ, ਉਹ ਸਾਹੀਵਾਲ ਕ੍ਰਾਸ ਗਾਏ ਨਾਲ ਵੀ 10 ਗੁਣਾ ਚੰਗੀ ਗਾਏ, ਆਪਾਂ ਕੀਮਤ ਉਹ ਹੀ ਕਰਨੀ ਹੈਗੀ ਗਾਏ ਆਪਣੀ, ਉਹਦੇ ਨਾਲ ਵੀ 10 ਗੁਣਾ ਚੰਗੀ ਹੈ, ਕੀਮਤ ਵੀ ਆਪਾਂ ਉਹ ਹੀ ਕਰਨੀ ਹੈ। ਇਹਦੀ ਬਿਮਾਰੀ ਹੈ, ਆਪਦੀ ਗਰੰਟੀ ਦਿਓ ਕਿ ਕੋਈ ਵੀਰਾਂ ਭਰਾਵਾਂ ਦੇ ਹੋਣ ਲਵਣ, ਘਰ ਜਾ ਕੇ ਕੋਈ ਐਬ ਮਸਲਾ ਬਣਿਆ। ਠੀਕ ਹੋ ਗਿਆ ਮਾਸ਼ਾਅੱਲਾ, ਬਾਬੇ ਖਾਨ ਦੀ ਜ਼ੁਬਾਨੀ ਸੁਣ ਲਿਆ ਕਿ ਵੀਰਾਂ ਭਰਾਵਾਂ ਦੇ ਜ਼ਿੰਮੇਦਾਰ ਹੋਵਾਂ ਦੇ, ਅਗਰ ਸਾਡੀ ਗਾਏ ਦੇ ਵਿੱਚ ਇੱਕ ਵਾਲ ਦੇ ਬਰਾਬਰ ਵੀ ਫਰਕ ਹੋਇਆ, ਐਬ ਹੋਇਆ, ਬਿਮਾਰੀ ਹੋਈ। ਅੱਛਾ ਕਿਵੇਂ ਮਾਸ਼ਾਅੱਲਾ, ਜਿਹੜੇ ਘਰ ਦੇ ਵਿੱਚ ਜਾ ਕੇ ਰੁਕੇਗੀ ਨਾ, ਰੋਵੇਗੀ, ਅੱਲਾ ਮੇਰੇ ਦੁੱਖ ਨਾਲ ਉਹ ਬੂਆ ਜੜ ਕੇ ਬਹਿਣਗੇ ਵੀ ਇਹਨੂੰ ਕੋਈ ਵੇਖੇ ਨਾ ਤੇ ਗਾਏ ਨੂੰ ਨਜ਼ਰ ਨਾ ਲੱਗ ਜਾਵੇ, ਨਜ਼ਰ ਨਾ ਲੱਗ ਜਾਵੇ। ਅੱਛਾ ਜੀ ਮਾਸ਼ਾਅੱਲਾ, ਤੁਸੀਂ ਕਹਿੰਦੇ ਸੋ ਕਿ ਪਹਿਲੇ ਸੂਏ ਗਾਏ 16-17 ਲੀਟਰ ਕਰਦੀ ਰਹੀ ਪੱਕਾ ਦੁੱਧ, ਪੱਕਾ ਦੁੱਧ। ਕਿਵੇਂ ਮਾਸ਼ਾਅੱਲਾ, ਕਿਵੇਂ ਤੂੰ ਦੱਸਿਆ ਕਿ 10 ਦਿਨ ਹਲੇ ਲੈਂਦੀ ਏ, ਆਪਣੀ ਗਾਏ ਕੋਲੇ ਕਿਵੇਂ ਵਧਰਾਂ ਨੇ, ਕਿਵੇਂ ਵਟਸ਼ਟ ਨੇ, ਕੀ ਖਿਆਲ ਹੈ ਕਿ ਦੁੱਧ ਕਿੰਨਾ ਕਰ ਸਕਦੀ ਆਪਣੀ? 20 ਲੀਟਰ ਦੀ ਆਪਣੀ ਗਰੰਟੀ ਹੈ, ਸੋ ਉੱਤੇ ਜਾਏਗੀ ਥੱਲੇ ਆ ਜਾਵੇ ਤੇ ਮੇਰੀ। ਦੋਸਤੋ ਮਾਸ਼ਾਅੱਲਾ ਕਿਆ ਹੀ ਬਾਤ ਹੈ, ਕਿਆ ਹੀ ਗੱਲ ਕੀਤੀ, ਲੱਖਾਂ ਦੇ ਵਿੱਚੋਂ ਗੱਲ ਹੈ ਕਿ 20 ਲੀਟਰ ਤੋਂ ਇਹ ਪਲੱਸ ਕਰੇ ਦੀ, ਮੇਰਾ ਵੀ ਐਕਸਪੀਰੀਅੰਸ ਹੈ, 20 ਲੀਟਰ ਤੋਂ ਥੱਲੇ ਆਵੇ, ਜੁਰਮਦਾਰ ਹੋਵਾਂ ਦੇ, ਵੀਰਾਂ ਭਰਾਵਾਂ ਦੇ ਜ਼ਿੰਮੇਦਾਰ ਹੋਵਾਂ ਦੇ, ਇਹ 20 ਲੀਟਰ ਤੋਂ ਪਲੱਸ ਜਾਏ ਇਨਸ਼ਾਅੱਲਾ ਬੱਚੇ ਨੂੰ ਛੱਡ ਕੇ। ਠੀਕ ਹੋ ਗਿਆ, ਪਹਿਲੇ ਵਾਰੇ ਪਿੱਛੇ ਬਛੜੀ ਸੀ, ਇਹ ਹੀ ਨਸਲਜ਼ਾਦ ਦੀ ਬੜੀ ਆਲਾ ਅੱਲਾ ਹੁਕਮ ਨਾਲ ਹੁਣ ਵੀ ਉਮੀਦ ਹੈ ਕਿ ਇਨਸ਼ਾਅੱਲਾ ਵੱਛੀ ਵੀ ਹੋਵੇ ਦੀ ਬਕਾਇਆ। ਬਾਬਾ ਖਾਨ ਮਾਸ਼ਾਅੱਲਾ ਸਾਰੇ ਗੱਲਾਂ ਆਪਾਂ ਵੀਰਾਂ ਭਰਾਵਾਂ ਦੇ ਕਰਤੀਆਂ ਨੇ ਸਾਹਮਣੇ, ਗਾਏ ਆਪਣੀ ਵੀਰ ਭਰਾ ਇਨਸ਼ਾਅੱਲਾ ਸਰਾਵਣ ਦੇ ਪਸੰਦ ਕਰਨ ਦੇ, 10 ਗੁਣਾ ਚੰਗੀ ਗਾਏ। ਅੱਛਾ ਇਹਦਾ ਕੀ ਪਿਆਰ ਬੜਾ ਮੁੱਲ ਕਰਦੇ ਜੇ, ਕੀ ਇੱਥੇ ਲੋਕਲ ਲੋਕ ਮੰਗਦੇ ਜੇ, ਅਤੇ ਮੇਰੇ ਚੈਨਲ ਵਾਸਤੇ ਖਸੂਸੀ ਸ਼ਫਕਤ ਪਿਆਰ ਮੁਹੱਬਤ ਕੀ ਹੋਣਾ, ਕਿ ਕਿਹੜਾ ਮੇਰਾ ਵੀਰ ਭਰਾ ਸੁਣਨ, ਵੀਡੀਓ ਦੇਖਦੇ ਸਾਰ ਹੀ ਕਵਨ ਕਿ ਅਬਦੁਰੀਮ ਬਾਈ ਇਹ ਗਾਏ ਸਾਨੂੰ ਲੋਡ ਕਰਕੇ ਕਲਾ ਦਿਓ ਜਨਾਬ, ਇਹ ਅਗਲੇ ਵਿਰਾਵਾਂ ਵਾਸਤੇ ਵੀ ਮਿਹਰਬਾਨੀ ਤੇ ਤੇਰੇ ਵਾਸਤੇ ਵੀ। ਠੀਕ ਹੋ ਗਿਆ ਮਾਸ਼ਾਅੱਲਾ, ਕੀ ਹੀ ਬਾਤ ਹੈ, ਤੇ 70,000 ਤੋਂ ਥੱਲੇ ਨਹੀਂ ਦੇਣੀ ਆਪਾਂ, 2-7 ਥੱਲੇ ਨਹੀਂ ਦੇਣੀ, ਥੱਲੇ ਨਹੀਂ ਦੇਣੀ ਮਾਸ਼ਾਅੱਲਾ, ਕੀ ਹੀ ਮੈਂ ਤਾਂ ਪਿਆ ਵੀ ਉਹ ਯਾਦ ਰੱਖ, ਮਾਸ਼ਾਅੱਲਾ ਕੀ ਹੀ ਬਾਤ ਹੈ, ਗਾਏ ਉਸ ਗਾਏ ਨਾਲੋਂ ਸਾਹੀਵਾਲ ਕ੍ਰਾਸ ਨਾਲ ਵੀ ਜ਼ਿਆਦਾ 10 ਗੁਣਾ ਚੰਗੀ ਗਾਂ, ਨਸਲ ਜ਼ਾਤ ਉਹਦੇ ਨਾਲੋਂ ਆਲਾ ਤੋਂ ਆਲਾ। ਮੈਂ ਤਾਂ ਕਹਿੰਦਾ ਪਿਆ ਸੀ ਕਿ 2,90,000-95,000 ਕਰਨਾ, ਲੇਕਿਨ ਉਹਨੇ ਫਾਈਨਲ ਦੋਸਤੋ ਮੁੱਲ ਕਰਤਾ 2,70,000 ਰੁਪਇਆ। 2,70,000 ਦੇ ਵਿੱਚੋਂ 1 ਰੁਪਏ ਦਾ ਵੀ ਮੈਂ ਪਿਆਰ ਮੁਹੱਬਤ ਨਹੀਂ ਕਰਾ ਸਕਦਾ, ਉਹਨਾਂ ਨੇ ਗੱਲ ਹੀ ਲੈਣ ਦੇਣ ਵਾਲੀ ਕਰਤੀ, ਗੱਲ ਹੀ ਮੁਕਾਤੀ ਹੈਗੀ, ਗੱਲ ਹੀ ਉਹ ਕਰਤੀ ਕਿ ਮੇਰੇ ਵੀਰ ਭਰਾ ਸੁਣਨ ਮੁੱਲ ਤੇ ਹੈਰਾਨ ਵੀ ਰਹਿ ਜਾਣ, ਤੇ ਕਵਨ ਕਿ ਅਬਦੁਰੀਮ ਬਾਈ ਮਾਸ਼ਾਅੱਲਾ ਕਮਾਲ ਕਰਤਾ, ਬਾਬੇ ਖਾਨ ਨੇ ਜੋ ਮੁੱਲ ਕੀਤਾ ਬਿਲਕੁਲ ਦੇਸੀ ਬਾਕੜੀ ਵਾਲਾ ਮੁੱਲ ਕੀਤਾ, ਜਿਹੜਾ ਬਾਬੇ ਖਾਨ ਕੋਲੋਂ ਨਗਰ ਲੈ ਗਿਆ ਅੱਲਾ ਜੁਗਮਨਾ ਜ਼ਿੰਦਗੀ ਯਾਦ ਰੱਖ। ਮਾਸ਼ਾਅੱਲਾ ਜੀ ਯਾਦ ਰੱਖੇਦਾ ਹਮੇਸ਼ਾ ਤੋਂ ਅੱਛੇ ਲਫ਼ਜ਼ਾਂ ਦੇ ਵਿੱਚ ਕਿ ਵਾਕਈ ਕੋਈ ਚੀਜ਼ ਖਰੀਦੀਏ ਮੁੱਲ ਕੋਈ ਨਹੀਂ ਬਿਲਕੁਲ ਮੁਨਾਸਿਬ, ਫਾਈਨਲੀ ਆ ਮੁੱਲ ਕਰਾਇਆ 2-7 ਦੇ ਵਿੱਚ ਲੈਣ ਦੇਣ ਵਾਲੀ ਗੱਲ ਕਰਨੀ। ਉਮੀਦ ਕਰਾਂ ਦਾ ਵੀਰਾਂ ਭਰਾਵਾਂ ਨੂੰ ਅੱਜ ਦੀ ਗਾਏ ਵੀ ਬਾਬੇ ਖਾਨ ਦੀ ਹਮੇਸ਼ਾ ਤਰ੍ਹਾਂ ਦਿਖਾਈ ਗਈ, ਪਸੰਦ ਆਵੇ ਦੀ ਪਸੰਦ ਆਵੇ। ਮੇਰੇ ਪਾਪਾ ਨੇ ਟੀਮ ਨੂੰ ਲਾਈਕ ਕਰਨਾ, ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ, ਅਤੇ ਇਨਸ਼ਾਅੱਲਾ ਜਾਨਵਰ ਅੱਗੇ ਵੀ ਕਿਹੜੇ ਮੇਰੇ ਵੀਰ ਭਰਾ ਨੇ ਲਿਆ ਉਹਨਾਂ ਨੇ ਜਾ ਕੇ ਉਹਨਾਂ ਦੇ ਘਰ ਜਾ ਕੇ ਜਾਨਵਰ ਨੇ ਕਿਹੜਾ ਦੁੱਧ ਦਿੱਤਾ, ਉਹਨਾਂ ਨੇ ਦੁਬਾਰਾ ਕਾਲ ਕਰਕੇ ਕਿਹਾ ਕਿ ਸਾਨੂੰ ਇਹਦੇ ਨਾਲ ਦੇ ਜਾਨਵਰ ਹੋਰ ਦਿਓ, ਅਤੇ ਅੱਲਾ ਦੇ ਹੁਕਮ ਨਾਲ ਇਹ ਵੀ ਗਾਈ ਕਿਹੜਾ ਮੇਰਾ ਖੁਸ਼ ਨਸੀਬ ਵੀਰ ਭਰਾ ਖਰੀਦੇ ਦਾ
ਦੁਆਵਾਂ ਦੇ ਵਿੱਚ ਯਾਦ ਰੱਖੇਗਾ ਤੇ ਹਮੇਸ਼ਾ ਤੋਂ ਲੌਂਗ ਟਰਮ ਉਹਨਾਂ ਤਲੁਕ ਬਰਕਰਾਰ ਰਵੇਗਾ, ਆਪਣਾ ਖਿਆਲ ਰੱਖੇਗਾ, ਆਪਣੀ ਦੁਆਵਾਂ ਯਾਦ ਰੱਖੇਗਾ। ਅੱਲਾਹ ਹਾਫਿਜ਼।